ਸ਼ਰੇਆਮ ਪੁਲਿਸ ਧੱਕਾ ਕਰਦੀ ਹੈਗੀ, ਸ਼ਰੇਆਮ ਧੱਕਾ ਕਰਦੀ ਆ ਪੁਲਿਸ। ਚਲੋ ਚਲੋ ਕਰੋ ਕਰੋ ਕਰੋ, ਧੱਕਾ ਕਰਦੇ ਪੁਲਿਸ ਵਾਲੇ। ਮੰਤਰੀ ਜੀ ਬੋਲਣਗੇ, ਇਹਨਾਂ ਦੀ ਗੱਲ ਸੁਣਨੀ ਆ, ਵੋਟ ਪਾਉਣੀਆਂ ਨਾ ਪਾਉਣੀਆਂ, ਉਦੋਂ ਬਾਅਦ ਆਪਣੀ ਰਣਨੀਤੀ ਬਣੂਗੀ, ਉਹ ਦੇਖਾਂਗੇ। ਜਿਹੜੀ ਇਕਾਈ ਕਹਿੰਦੀ ਆ ਇੱਕੀ ਵੀ ਜ਼ੋਰ ਲਾ ਲੈ, ਚਾਹੇ ਬੰਦੇ ਹੋਰ ਚਾਰ ਲਾ ਲੈਣ, ਆਪਾਂ ਦੂਜੇ ਪਾਸੇ ਨਾ ਪਵਾਉਣ ਵਾਲੇ ਤਾਂ ਅਸੀਂ ਇਹ ਗੱਲ ਨਹੀਂ ਕਹਿੰਦੇ। ਅਸੀਂ ਸਮਾਜ ਤੇ ਵਿਚਰਦੇ ਹਾਂ, ਅਸੀਂ ਹਿੰਦੂ ਮੁਸਲਮਾਨ ਸਿੱਖ ਨਾਲ ਸਭ ਨਾਲ ਵਿਚਰਦੇ ਹਾਂ, ਅਸੀਂ ਗਰੀਬ ਅਮੀਰ ਨਾਲ ਸਭ ਨਾਲ ਵਿਚਰਦੇ ਹਾਂ। ਮੇਰਾ ਪਿੰਡ ਕਹਿੰਦੇ ਵੀ ਇਹ ਕਿਸੇ ਕੰਮ ਤੋਂ ਮੁੱਖ ਮੋੜਦਾ, ਬੋਲੋ ਜੀ। ਨਹੀਂ ਬਾਈ, ਕਦੇ ਨਹੀਂ ਮੋੜਦਾ ਬਾਈ। ਵੋਟ ਹੋਈ ਨਹੀਂ ਪੈ ਜਾਂਦੀ ਵੀ ਤੁਸੀਂ ਸੱਥ ਚ ਬੋਲ ਕੇ ਬਣ ਜਾਂਦੇ ਹੋ। ਹੁਣ ਮੇਰੀ ਇਕਾਈ ਨੇ ਤਾਂ ਕਹਿਤਾ ਵੀ ਤੂੰ ਕੱਲਾ ਨਹੀਂ ਕਹਿ ਰਿਹਾ ਸੀ। ਧੰਨਵਾਦ ਇਹਨਾਂ ਦਾ ਵੀ, ਬਹੁਤ ਵਧੀਆ ਸਤਿਕਾਰ ਕੀਤਾ। ਹੁਣ ਚਿੱਟੇ ਦਾ ਮੁੱਦਾ ਬੰਦ ਹੋਇਆ, ਚਿੱਟਾ ਨਹੀਂ ਬਾਈ ਹੋਇਆ ਜੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਫੜੇ ਗਏ? ਨਹੀਂ ਬਾਈ, ਕੋਈ ਨਹੀਂ ਫੜਿਆ ਗਿਆ। ਉਹ ਹੋ ਗਿਆ ਨਾ ਬਾਈ, ਲਾਠ ਤੇ ਆ ਕੇ ਚਲਾਨ ਪੇਸ਼ ਹੁੰਦੇ ਨੇ, ਹਾਲੇ ਗ੍ਰਿਫਤਾਰੀ ਕੋਈ ਨਹੀਂ, ਕੋਈ ਨਹੀਂ। ਚਲੋ ਚਲੋ ਕਰੋ ਕਰੋ ਕਰੋ, ਧੱਕਾ ਕਰਦੇ ਪੁਲਿਸ ਵਾਲੇ। ਇਹਨਾਂ ਦਾ ਐਮਐਲਏ ਕੁਮਰ ਬ੍ਰਿਜੇ ਪ੍ਰਤਾਪ ਆਏ ਵਾਰੀ ਇਹ ਗੱਲ ਕਹਿੰਦਾ ਕਿਤੇ ਜਾ ਕੇ ਜੇਲ੍ਹ ਚ ਸਿੱਟਿਆ,
ਹੁਣ ਜਿਹੜਾ ਸੱਥਾਂ ਚ ਸਵਾਲ ਕਰਦਾ ਉਹਨੂੰ ਫੜ ਕੇ ਲੈ ਜਾਂਦੇ ਆ ਜਿਵੇਂ ਜਿਹੜਾ ਉਹਨੇ ਬਾਹਲਾ ਵੱਡਾ ਗੁਨਾਹ ਕਰਤਾ ਹੁਣ ਮੰਤਰੀ ਜੀ ਬੋਲਣਗੇ ਇਹਨਾਂ ਦੀ ਗੱਲ ਸੁਣਨੀ ਆ ਵੋਟ ਪਾਉਣੀਆਂ ਨਾ ਪਾਉਣੀਆਂ ਉਦੋਂ ਬਾਅਦ ਆਪਣੀ ਰਣਨੀਤੀ ਬਣੂਗੀ ਉਹ ਦੇਖਾਂਗੇ ਜਿਹੜੀ ਇਕਾਈ ਕਹਿੰਦੀ ਆ ਇੱਕੀ ਵੀ ਜ਼ੋਰ ਲਾ ਲੈ ਚਾਹੇ ਬੰਦੇ ਹੋਰ ਚਾਰ ਲਾ ਲੈਣ ਆਪਾਂ ਦੂਜੇ ਪਾਸੇ ਨਾ ਪਵਾਉਣ ਵਾਲੇ ਚਾਰ ਅਸੀਂ ਇਹ ਗੱਲ ਨਹੀਂ ਕਹਿੰਦੇ ਅਸੀਂ ਸਮਾਜ ਤੇ ਵਿਚਰਦੇ ਹਾਂ ਅਸੀਂ ਹਿੰਦੂ ਮੁਸਲਮਾਨ ਸਿੱਖ ਨਾਲ ਸਭ ਨਾਲ ਵਿਚਰਦੇ ਹਾਂ ਅਸੀਂ ਗਰੀਬ ਅਮੀਰ ਨਾਲ ਸਭ ਨਾਲ ਵਿਚਰਦੇ ਹਾਂ ਮੇਰਾ ਪਿੰਡ ਕਹਿੰਦੇ ਵੀ ਇਹ ਕਿਸੇ ਕੰਮ ਤੋਂ ਮੁੱਖ ਮੋੜਦਾ ਬੋਲੋ ਵੋਟ ਹੋਈ ਨੀ ਪੈ ਜਾਂਦੀ ਵੀ ਤੁਸੀਂ ਸੱਥ ਚ ਬੋਲ ਕੇ ਬਣ ਜਾਂਦੇ ਹੋ ਹੁਣ ਮੇਰੀ ਇਕਾਈ ਨੇ ਤਾਂ ਕਹਿਤਾ ਵੀ ਤੂੰ ਕੱਲਾ ਨੀ ਕਹਿ ਰਿਹਾ ਸੀ ਧੰਨਵਾਦ ਇਹਨਾਂ ਦਾ ਵੀ ਬਹੁਤ ਵਧੀਆ ਸਤਿਕਾਰ ਕੀਤਾ ਹੁਣ ਚਿੱਟੇ ਦਾ ਮੁੱਦਾ ਬੰਦ ਹੋਇਆ ਚਿੱਟਾ ਨਹੀਂ ਭਾਈ ਹੋਇਆ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਫੜੇ ਗਏ ਨਹੀਂ ਭਾਈ ਕੋਈ ਨਹੀਂ ਫੜਿਆ ਗਿਆ ਉਹ ਹੋ ਗਿਆ ਨਾ ਭਾਈ ਲਾਠ ਦੇ ਆ ਕੇ ਚਲਾਨ ਪੇਸ਼ ਹੁੰਦੇ ਨੇ ਹਾਲੇ ਗ੍ਰਿਫਤਾਰੀ ਕੋਈ ਨਹੀਂ ਇਹਨਾਂ